ਸ਼੍ਰੀਕਾਲ ਪਿਆਰੇ ਬੱਚਿਓ, ਬੱਚਿਓ ਸਵਾਗਤ ਹੈ ਚੈਨਲ ਵਿੱਚ। ਅਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜਮਾਤ 9ਵੀਂ ਦਾ ਮਾਡਲ ਟੈਸਟ ਪੇਪਰ 3 ਅਤੇ 2 ਜਿਹੜੇ ਸੀ ਅਸੀਂ ਉਹ ਪਹਿਲਾਂ ਪਿਛਲੀ ਵੀਡੀਓ ਵਿੱਚ ਕਰ ਚੁੱਕੇ ਹਾਂ, ਅਤੇ ਅੱਜ ਆਪਾਂ ਤੀਸਰਾ ਜਿਹੜਾ ਹੈ ਉਹ ਰਿਵਾਈਜ਼ ਕਰਾਂਗੇ। ਅਤੇ ਮਤਲਬ ਤੁਹਾਨੂੰ ਦੱਸਾਂਗੇ ਕੁਐਸਚਨ ਪੇਪਰ ਹੈ ਇਹ, ਅਤੇ ਕਿਹੜੇ ਕਿਹੜੇ ਤੁਹਾਨੂੰ ਇਸ ਵਿੱਚੋਂ ਕੁਐਸਚਨ ਜਿਹੜੇ ਹਨ ਉਹ ਆ ਸਕਦੇ ਹਨ ਪੇਪਰ ਵਿੱਚ, ਅਤੇ ਤੁਸੀਂ ਕਿਸ ਤਰ੍ਹਾਂ ਤਿਆਰੀ ਕਰਨੀ ਹੈ ਇਹਨਾਂ ਦੀ। 2 ਘੰਟੇ ਦਾ ਹੋਏਗਾ ਪੇਪਰ, 40 ਅੰਕਾਂ ਦਾ ਹੋਏਗਾ। ਅਤੇ ਆਮ ਨਿਰਦੇਸ਼ ਨੰਬਰ 1 ਹੈ, ਸਾਰੇ ਪ੍ਰਸ਼ਨ ਲਾਜ਼ਮੀ ਹਨ, ਪ੍ਰਸ਼ਨਾਂ ਵਿੱਚ ਦਿੱਤੀ ਗਈ ਚੋਣ ਨੂੰ ਧਿਆਨ ਨਾਲ ਦੇਖ ਕੇ ਨਿਰਦੇਸ਼ਾਂ ਅਨੁਸਾਰ ਹੱਲ ਕੀਤਾ ਜਾਵੇ, ਸਾਫ਼ ਅਤੇ ਸ਼ੁੱਧ ਲਿਖਿਆ ਜਾਵੇ, ਪ੍ਰਸ਼ਨ ਨੰਬਰ ਅਤੇ ਉਪਭਾਗ ਨੰਬਰ ਬਿਲਕੁਲ ਸਹੀ ਅਤੇ ਪ੍ਰਸ਼ਨ ਪੱਤਰ ਦੇ ਅਨੁਸਾਰ ਜਿਹੜੇ ਲਿਖੇ ਜਾਣ, ਉੱਤਰਾਂ ਨੂੰ ਧਿਆਨ ਨਾਲ ਉੱਤਰ ਸ਼ੀਟ 'ਤੇ ਲਿਖਿਆ ਜਾਵੇ। ਅਤੇ ਪਹਿਲਾ ਭਾਗ ਹੈ ਵਿਆਕਰਨ, ਅਤੇ ਵਿਆਕਰਨ ਹੈ ਜੋ ਕਿ ਤੁਹਾਡੀ ਵਿਸਮਿਕ ਹੈ, ਉਸ ਵਿੱਚੋਂ ਤੁਹਾਨੂੰ ਪ੍ਰਸ਼ਨ ਆਉਣਗੇ। ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ 4 ਪ੍ਰਸ਼ਨਾਂ ਦੇ ਉੱਤਰ ਦਿਓ, ਤੁਹਾਨੂੰ ਇਸ ਵਿੱਚੋਂ 6 ਪ੍ਰਸ਼ਨ ਆਉਣਗੇ ਵਿਆਕਰਨ ਦੇ, ਅਤੇ ਉਸ ਵਿੱਚੋਂ 4 ਕਰਨੇ ਹੋਣਗੇ, ਚਾਰੋਂ ਪ੍ਰਸ਼ਨ ਜਿਹੜੇ ਹਨ ਉਹ 1-1 ਅੰਕ ਦੇ ਹੋਣਗੇ। ਪਹਿਲਾ ਪ੍ਰਸ਼ਨ ਹੈ, ਨੀ ਚੱਲੀਏ ਕਦੇ ਤਾਂ ਅਕਲ ਕਰ, ਕਿਸ ਕਿਸਮ ਦਾ ਵਿਸਮਿਕ ਹੈ? ਅਤੇ ਇਸ ਦੀ ਤੁਹਾਨੂੰ ਕਿਸਮ ਦੱਸਣੀ ਹੋਏਗੀ ਵਿਸਮਿਕ ਦੀ। ਨੰਬਰ 2 ਹੈ ਦੁਰਲਾਨਤ, ਬੇਸ਼ਰਮ, ਦੁਰਫਿਟੇ ਮੂੰਹ ਆਦਿ ਕਿਸ ਪ੍ਰਕਾਰ ਦੇ ਵਿਸਮਿਕ ਹਨ? ਵੀ ਇਹ ਜਿਹੜੇ ਸ਼ਬਦ ਅਸੀਂ ਕਿਸ ਵਿਸਮਿਕ ਵਿੱਚ ਵਰਤਦੇ ਹਾਂ, ਤੁਸੀਂ ਉਹ ਦੱਸੋਗੇ। ਨੰਬਰ 3 ਹੈ ਕਾਸ਼ ਮੈਂ ਸ਼ਹਿਨਸ਼ਾਹ ਹੁੰਦਾ, ਵਾਕ ਵਿੱਚ ਕਿਸ ਪ੍ਰਕਾਰ ਦੀ ਵਿਸਮਿਕ ਦੀ ਵਰਤੋਂ ਹੋਈ ਹੈ? ਨੰਬਰ 4 ਹੈ ਉਈ, ਉਹ ਕਿਸ ਕਿਸਮ ਦੇ ਵਿਸਮਿਕ ਹਨ? ਨੰਬਰ 5 ਹੈ ਤੂੰ ਅਜੇ 12ਵੀਂ ਵਿੱਚ ਹੀ ਪੜ੍ਹ ਰਿਹਾ ਹੈ, ਵਾਕ ਵਿੱਚ ਕਿਹੜੇ ਵਿਸਮਿਕ ਦੀ ਵਰਤੋਂ ਹੋਈ ਹੈ? ਨੰਬਰ 6 ਲੱਖ ਲਾਨਤ, ਤੂੰ ਮੈਨੂੰ ਕਾਸੇ ਜੋਗਾ ਨਹੀਂ ਛੱਡਿਆ, ਵਾਕ ਵਿੱਚ ਕਿਹੜੇ ਵਿਸਮਿਕ ਦੀ ਵਰਤੋਂ ਹੋਈ ਹੈ? ਇਹ 6 ਪ੍ਰਸ਼ਨ ਬੱਚਿਓ, ਇਸ ਵਿੱਚ ਤੁਸੀਂ ਕੋਈ 4 ਕਰਨੇ ਹੋਣਗੇ ਜੋ ਕਿ 1-1 ਅੰਕ ਦੇ ਹੋਣਗੇ। ਅੱਗੇ ਹੈ ਤੁਹਾਡਾ ਪ੍ਰਸ਼ਨ ਨੰਬਰ 2, ਹੇਠ ਲਿਖਿਆ ਵਿੱਚੋਂ ਕਿਸੇ 4 ਮੁਹਾਵਰਿਆਂ ਨੂੰ ਇਸ ਤਰ੍ਹਾਂ ਵਾਕਾਂ ਵਿੱਚ ਵਰਤੋਂ ਕਿ ਅਰਥ ਸਪਸ਼ਟ ਹੋ ਜਾਣ। 6 ਮੁਹਾਵਰੇ ਆਉਣਗੇ ਜਿਨ੍ਹਾਂ ਵਿੱਚੋਂ ਤੁਸੀਂ ਕੋਈ 4 ਕਰੋਗੇ, ਅਤੇ 1 ਜਿਹੜਾ ਮੁਹਾਵਰਾ ਉਹ 1 ਅੰਕ ਦਾ ਹੋਏਗਾ। ਪਹਿਲਾ ਹੈ ਉਲਟੀ ਗੰਗਾ ਵਹਿਣੀ, ਦੂਸਰਾ ਹੈ ਆਕਾਸ਼ ਨੂੰ ਛੂਹਣਾ, ਤੀਜਾ ਹੈ ਅੱਖੀਂ ਘੱਟਾ ਪਾਉਣਾ, ਚੌਥਾ ਹੈ ਇੱਕੋ ਰੱਸੇ ਫਾਹੇ ਦੇਣਾ, ਪੰਜਵਾਂ ਹੈ ਸਿਰ ਪੈਰ ਨਾ ਹੋਣਾ, ਅਤੇ 6ਵਾਂ ਹੱਥ ਪੈਰ ਮਾਰਨਾ। 6 ਵਿੱਚੋਂ ਕੋਈ 4 ਕਰੋਗੇ ਤੁਸੀਂ। ਅੱਗੇ ਹੈ ਪ੍ਰਭਾਵਸ਼ਾਲੀ ਲਿਖਣ ਕੌਸ਼ਲ ਭਾਗ 2, ਹੇਠ ਲਿਖਿਆਂ ਵਿੱਚੋਂ ਕਿਸੇ 1 ਵਿਸ਼ੇ 'ਤੇ 200 ਸ਼ਬਦਾਂ ਵਿੱਚ ਲੇਖ ਲਿਖੋ। ਤੁਹਾਨੂੰ 3 ਵਿਸ਼ੇ ਆਉਣਗੇ ਜਿਨ੍ਹਾਂ ਵਿੱਚ ਤੁਸੀਂ ਕੋਈ 1 ਵਿਸ਼ੇ 'ਤੇ ਲੇਖ ਲਿਖੋਗੇ 200 ਸ਼ਬਦਾਂ ਵਿੱਚ, 8 ਅੰਕ ਦਾ ਹੋਏਗਾ ਇਹ। ਜਿਸ ਤਰ੍ਹਾਂ ਕਿ ਇਹਨਾਂ ਨੇ ਦਿੱਤਾ ਹੈ, ਪਹਿਲਾ ਹੈ ਪੰਜਾਬ ਦੇ ਲੋਕ ਗੀਤ, ਦੂਜਾ ਹੈ ਸੋ ਕਿਉਂ ਮੰਦਾ ਆਖੀ ਜਿੱਤ ਜੰਮੇ ਰਾਜਾਨ, ਤੀਜਾ ਹੈ ਨੋਟਬੰਦੀ, ਅਤੇ ਨਾਲ ਇਹਨਾਂ ਦੇ ਨੁਕਤੇ ਹੋਣਗੇ। ਨੁਕਤੇ ਸਮੇਤ ਇਹ ਤੁਹਾਨੂੰ ਵਿਸ਼ੇ ਮਿਲਣਗੇ ਜਿਨ੍ਹਾਂ ਵਿੱਚੋਂ ਤੁਸੀਂ ਦੇਖ ਕੇ ਇਹ ਲੇਖ ਲਿਖੋਗੇ। ਅੱਗੇ ਹੈ ਨੰਬਰ 4, ਆਪਣੇ ਇਲਾਕੇ ਦੇ SHO ਨੂੰ ਇਲਾਕੇ ਵਿੱਚ ਦਿਨ ਵੇਲੇ ਵੀ ਪੁਲਿਸ ਦੀ ਗਸ਼ਤ ਕਰਵਾਉਣ ਲਈ ਬੇਨਤੀ ਪੱਤਰ ਲਿਖੋ। ਪੱਤਰ ਰਚਨਾ ਆਏਗੀ ਤੁਹਾਨੂੰ 2, ਜਿਨ੍ਹਾਂ ਵਿੱਚੋਂ ਚੋਣ ਆਧਾਰਿਤ ਹੋਣਗੇ, 7 ਅੰਕਾਂ ਦਾ ਹੋਏਗਾ। ਨੁਕਤੇ ਦਿੱਤੇ ਜਾਣਗੇ, ਅਤੇ ਪਹਿਲਾ ਇਹ ਹੈ, ਦੂਜਾ ਹੈ ਮਿੱਤਰ ਦੇ ਮਾਤਾ ਜੀ ਦੇ ਅਕਾਲ ਚਲਾਣਾ ਘਰ ਜਾਣ 'ਤੇ ਅਫਸੋਸ ਦੀ ਚਿੱਠੀ ਲਿਖੋ। ਇਸ ਤਰ੍ਹਾਂ 2 ਤੁਹਾਨੂੰ ਪੱਤਰ ਆਉਣਗੇ, ਜਿਸ ਵਿੱਚੋਂ ਤੁਸੀਂ ਕੋਈ 1 ਪੱਤਰ ਲਿਖੋਗੇ, 7 ਅੰਕਾਂ ਦਾ ਉਹ ਹੋਏਗਾ। ਅੱਗੇ ਹੈ ਭਾਗ 3 ਪਾਠ ਪੁਸਤਕਾਂ 'ਤੇ ਆਧਾਰਿਤ ਪ੍ਰਸ਼ਨ, ਇਸ ਵਿੱਚੋਂ ਤੁਹਾਨੂੰ 6 ਪ੍ਰਸ਼ਨ ਆਉਣਗੇ, ਜਿਸ ਵਿੱਚੋਂ ਤੁਸੀਂ ਕੋਈ 5 ਕਰੋਗੇ, 1-1 ਅੰਕ ਦਾ ਇਹ ਹਰੇਕ ਪ੍ਰਸ਼ਨ ਹੋਏਗਾ। ਜਿਵੇਂ ਕਿ ਪਹਿਲਾ ਪ੍ਰਸ਼ਨ ਹੈ, ਪੱਛਮੀ ਤਹਿਜ਼ੀਬ ਵਿੱਚ ਸਰਮਾਏਦਾਰ ਕਿਸ ਦੀ ਖੂਬ ਖੱਲ ਲਾਉਂਦਾ ਹੈ? ਦੂਜਾ ਹੈ ਕਿਹੜਾ ਵੇਲਾ ਦੁਬਾਰਾ ਹੱਥ ਨਹੀਂ ਆਉਂਦਾ? ਤੀਜਾ ਹੈ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ 'ਤੇ ਕੌਣ ਉਦਾਸ ਸੀ? ਅੱਗੇ ਹੈ ਜਦੋਂ ਕੋਈ ਵਾਹ ਨਾ ਚੱਲੀ ਤਾਂ ਕਿਸਨੇ ਆਪਣੇ ਦਰਵਾਜ਼ੇ 'ਤੇ ਇਕੱਠ ਕੀਤਾ? ਅੱਗੇ ਹੈ 5ਵਾਂ ਪ੍ਰਸ਼ਨ, ਕਪੂਰ ਸਿੰਘ ਨੇ ਕਿੰਨੇ ਰੁਪਏ ਦਾ ਨੋਟ ਕੱਢ ਕੇ ਦਰਬਾਰੇ ਦੀ ਜੇਬ ਵਿੱਚ ਪਾ ਦਿੱਤਾ? ਅਤੇ 6ਵਾਂ ਹੈ ਪਾਲੀ ਨੂੰ ਬੱਸ ਕੰਡਕਟਰ ਕਿਸ ਤਰ੍ਹਾਂ ਦਾ ਲੱਗਦਾ ਸੀ? ਠੀਕ ਹੈ ਬੱਚਿਓ, ਅਤੇ ਇਹ 6 ਪ੍ਰਸ਼ਨ ਤੁਹਾਨੂੰ ਆਉਣਗੇ, ਇਹਨਾਂ ਵਿੱਚੋਂ ਤੁਸੀਂ ਕੋਈ 5 ਕਰਨੇ ਹੋਣਗੇ ਜੋ ਕਿ 1-1 ਅੰਕ ਦੇ ਹੋਣਗੇ। ਅੱਗੇ ਹੈ ਕਹਾਣੀਆਂ ਅਤੇ ਇਕਾਂਗੀ ਵਿੱਚੋਂ, ਪ੍ਰਸ਼ਨ ਨੰਬਰ 11 ਤੋਂ 13 ਤੱਕ
ਕਿਸੇ ਦੋ ਪ੍ਰਸ਼ਨਾਂ ਦੇ ਉੱਤਰ 25 ਤੋਂ 30 ਸ਼ਬਦਾਂ ਵਿੱਚ ਦਿਓ ਜੋ ਕਿ ਦੋ ਦੋ ਅੰਕਾਂ ਦੇ ਹੋਣਗੇ। ਇਹਨਾਂ ਤਿੰਨਾਂ ਵਿੱਚੋਂ ਕੋਈ ਦੋ ਤੁਸੀਂ ਪ੍ਰਸ਼ਨ ਕਰੋਗੇ। ਪਹਿਲਾ ਹੈ, ਦਰਬਾਰਾ ਸਿੰਘ ਨੇ ਕੰਧ ਬਣਾਉਣ ਬਾਰੇ ਕਪੂਰ ਸਿੰਘ ਨੂੰ ਕੀ ਕਿਹਾ। ਦੂਜਾ ਹੈ, ਅਖੀਰ ਕਪੂਰ ਸਿੰਘ ਨੇ ਕੀ ਫੈਸਲਾ ਕੀਤਾ। ਤੀਜਾ ਹੈ, ਸਿਰਜਣਾ ਪਰੇਸ਼ਾਨ ਕਿਉਂ ਰਹਿੰਦੀ ਹੈ। ਅੱਗੇ ਹੈ ਵਾਰਤਕ ਵਿੱਚੋਂ ਪ੍ਰਸ਼ਨ ਨੰਬਰ 14 ਅਤੇ 15 ਵਿੱਚੋਂ ਕਿਸੇ ਇੱਕ ਪ੍ਰਸ਼ਨ ਦਾ ਉੱਤਰ 50 ਤੋਂ 60 ਸ਼ਬਦਾਂ ਵਿੱਚ ਦਿਓ। ਇਹਨਾਂ ਦੋਹਾਂ ਪ੍ਰਸ਼ਨਾਂ ਵਿੱਚੋਂ ਤੁਸੀਂ ਕੋਈ ਇੱਕ ਪ੍ਰਸ਼ਨ ਕਰੋਗੇ ਜੋ ਕਿ 4 ਅੰਕਾਂ ਦਾ ਹੋਏਗਾ। ਪਹਿਲਾ ਹੈ, ਔਖਾ ਕੰਮ ਨੇਪਰੇ ਚਾੜਨ ਲਈ ਬੇਬੇ ਆਪਣੇ ਪੁੱਤਰਾਂ ਨੂੰ ਕੀ ਸੰਦੇਸ਼ ਦਿੰਦੀ ਹੈ। ਦੂਜਾ ਹੈ, ਲੇਖਕ ਦੇ ਨਾਨਕਿਆਂ ਦੇ ਮਾਲੀ ਹਾਲਾਤ ਕਿਹੋ ਜਿਹੇ ਸਨ। ਅੱਗੇ ਇਕਾਂਗੀ ਵਿੱਚੋਂ ਹੈ ਪ੍ਰਸ਼ਨ ਨੰਬਰ 16 ਅਤੇ 17 ਵਿੱਚੋਂ ਕਿਸੇ ਇੱਕ ਪ੍ਰਸ਼ਨ ਦਾ ਉੱਤਰ 50 ਤੋਂ 60 ਸ਼ਬਦਾਂ ਵਿੱਚ ਦਿਓ, ਜਿਸ ਵਿੱਚੋਂ ਕਿ ਪਹਿਲਾ ਹੈ, ਸਿਰਜਣਾ ਦੁਆਰਾ ਸਕੈਨਿੰਗ ਨਾ ਕਰਵਾਉਣ ਦੇ ਫੈਸਲੇ 'ਤੇ ਕੁਲਦੀਪ ਦਾ ਕੀ ਪ੍ਰਤੀਕਰਮ ਸੀ। ਦੂਜਾ ਹੈ, ਸਿਰਜਣਾ ਨੂੰ ਆਪਣੀ ਹੋਣ ਵਾਲੀ ਸੰਤਾਨ ਤੋਂ ਕੀ ਉਮੀਦ ਹੈ। ਇਹ ਵੀ 4 ਅੰਕਾਂ ਦਾ ਹੋਏਗਾ ਤੁਹਾਡਾ। ਇਸ ਵਿੱਚੋਂ ਕੋਈ ਇੱਕ ਪ੍ਰਸ਼ਨ ਕਰਨਾ ਹੋਏਗਾ। ਇਸ ਤਰ੍ਹਾਂ ਬੱਚੋ, ਇਹ ਤੁਹਾਡਾ ਮਾਡਲ ਟੈਸਟ ਪੇਪਰ ਹੈ ਨੰਬਰ 3, ਅਤੇ ਇਸਦੀ ਪ੍ਰੈਕਟਿਸ ਕਰੋ। ਇਸਨੂੰ ਸਾਰੇ ਨੂੰ ਧਿਆਨ ਨਾਲ ਪੜ੍ਹੋ, ਬੁੱਕ ਵਿੱਚੋਂ ਲੈਸਨ ਵਿੱਚੋਂ ਉਸਨੂੰ ਯਾਦ ਕਰੋ। ਅਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਜਿਹੜਾ ਹੈ ਮਾਡਲ ਟੈਸਟ ਪੇਪਰ ਸਮਝ ਆਇਆ ਹੋਏਗਾ, ਅਤੇ ਇਸਨੂੰ ਤੁਸੀਂ ਪ੍ਰੈਕਟਿਸ ਕਰੋਗੇ, ਇਸਦੀ ਜਿਹੜੀ ਰਿਵੀਜ਼ਨ ਕਰੋਗੇ, ਅਤੇ ਵਧੀਆ ਤੋਂ ਵਧੀਆ ਅੰਕ ਲਾਓਗੇ। ਇਹ ਸੀ ਆਪਣੀ ਵੀਡੀਓ ਅੱਜ ਦੀ, ਅਤੇ ਜੇ ਚੰਗੀ ਲੱਗੀ ਹੋਈ ਲਾਈਕ ਕਮੈਂਟ ਜ਼ਰੂਰ ਕਰਨਾ, ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ, ਧੰਨਵਾਦ।